ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕਮ ਅਸੀਂ ਬੋਲਣ ਦੇ ਆ ਨੂਰੀ ਦੇ ਕਿਚਨ ਚੋਂ ਤੇ ਮੁਹਰਮ ਉਲ ਹਰਾਮ ਹੈ ਤੇ 10 ਮੁਹਰਮ ਨਜ਼ਦੀਕ ਨਜ਼ਦੀਕ ਆ ਰਹੀ ਹੈ ਤੇ ਚਨੇ ਵਾਲੇ ਚਾਵਲ ਜਿਹੜੇ ਨੇ ਅਸੀਂ ਤੁਹਾਡੇ ਨਾਲ ਰੈਸਪੀ ਜਿਹੜੀ ਹੈ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਸਾਡੀ ਪੂਰੀ ਵੇਖਣੀ ਹੈ ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਸਾਡੇ ਕੋਲ ਅੱਧਾ ਕਿਲੋ ਚਨੇ ਸਨ ਤੇ ਇਹਨਾਂ ਨੂੰ ਰਾਤ ਦੇ ਅਸਾਂ ਭਿਗੋ ਕੇ ਤੇ ਅਸਾਂ ਰੱਖਿਆ ਸੀ ਚਨੇ ਮਾਸ਼ਾਅੱਲਾ ਜਿਹੜੇ ਨੇ ਸਾਡੇ ਵੇਖ ਸਕਦੇ ਹੋ ਫੁੱਲ ਗਏ ਨੇ ਤੇ ਚੁੱਲੇ ਤੇ ਅਸੀਂ ਇੱਕ ਪ੍ਰੈਸ਼ਰ ਕੁੱਕਰ ਰੱਖ ਲੈਨੇ ਆ ਤੇ ਗਰਮੀ ਦੇ ਵਿੱਚ ਕੰਮ ਜਿਹੜਾ ਹੈ ਫਟਾਫਟ ਖਤਮ ਕਰਨ ਨਾਲ ਆਇਆ ਕਰੋ ਦੇਰ ਨਾ ਲਾਇਆ ਕਰੋ ਗਰਮੀ ਬੜੀ ਜ਼ਿਆਦਾ ਹੈ ਇਹਦੇ ਚ ਦੋ ਤੋਂ ਤਿੰਨ ਅਸਾਂ ਲੌਂਗ ਪਾ ਲੈਨੇ ਤੇ ਦੋ ਮੋਟੀਆਂ ਲਾਚੀਆਂ ਤੇ ਦੋ ਤੋਂ ਤਿੰਨ ਅਸਾਂ ਪਾ ਲੈਨੇ ਦਾਲਚੀਨੀ ਦੇ ਟੁਕਰੇ ਇੱਕ ਚਮਚ ਅਸੀਂ ਨਮਕ ਦਾ ਪਾਵਾਂ ਦੇ ਤੇ ਥੋੜੀ ਸਾਰੀ ਅਸੀਂ ਹਲਦੀ ਪਾ ਲਵਾਂ ਦੇ ਤੇ ਇੱਕ ਖਾਨਿਆਂ ਦਾ ਚਮਚ ਜਿਹੜਾ ਅਸੀਂ ਕਿਓ ਦਾ ਪਾ ਲਵਾਂ ਦੇ ਇਨਾਂ ਨੂੰ ਪਾਣੀ ਪਾਵਾਂਦੇ ਜਿਹਦੇ ਵਿੱਚ ਚਨੇ ਜਿਹੜੇ ਨੇ ਸਾਡੇ ਸਹੀ ਤਰ੍ਹਾਂ ਗਲ ਜਾਣ ਤੇ ਕਿਉਂ ਆ ਸ ਇਸ ਵਜ੍ਹਾ ਤੋਂ ਪਾਇਆ ਕਿ ਪ੍ਰੈਸ਼ਰ ਕੁੱਕਰ ਜਿਹੜਾ ਇਹ ਪਾਣੀ ਬੁਲਬੁਲ ਕੇ ਤੇ ਬਾਹਰ ਨਾ ਨਿਕਲੇ ਇੰਜ ਫਿਰ ਬਾਹਰ ਨਿਕਲੇ ਤਾਂ ਪ੍ਰੈਸ਼ਰ ਜਿਹੜਾ ਪਟੰਦਾ ਡਰ ਹੁੰਦਾ ਵੇ ਤੇ ਚਨੇ ਸਾਡੇ ਉਬਾਲਕਤੇ ਨੇ ਤੇ ਚੁੱਲੇ ਦੇਤੇ ਆ ਸੰ ਪਤਿਲਾ ਰੱਖ ਲਿਆ ਤੇ ਇਹਦੇ ਵਿੱਚ ਆ ਸੰ ਕਿਉ ਪਾ ਲਿਆ ਤੇ ਸਾਬਤ ਖੜੇ ਮਸਾਲੇ ਜਿਹੜੇ ਨੇ ਆ ਸੰ ਪਾ ਲਏ ਨੇ ਮਿਕਸ ਗਰਮ ਮਸਾਲਾ ਜਿਹੜਾ ਆ ਸੰ ਪਾ ਲਿਆ ਤੇ ਤਿੰਨ ਤੋਂ ਚਾਰ ਪਿਆਜ਼ਾਂ ਸਾਡੇ ਕੋਲ ਅਸੀਂ ਕਟਿੰਗ ਕਰ ਲਈਏ ਪਿਆਜ਼ ਦੀ ਵੀ ਤੇ ਪਿਆਜ਼ ਅਸੀਂ ਫਰਾਈ ਜਿਹੜਾ ਕਰਨੇ ਆ ਜਿੰਨੀ ਦੇਰ ਪਿਆਜ਼ ਸਾਡਾ ਬਰਾਊਨ ਹੁੰਦਾ ਅਸੀਂ ਕੋਲ ਜਿਹੜਾ ਸਬਜ਼ ਮਸਾਲਾ ਅਸੀਂ ਨੂੰ ਗ੍ਰाइंड ਕਰ ਲੈਨੇ ਆ ਕੁਝ ਲਸਣ ਦੀਆਂ ਕਲੀਆਂ ਨੇ ਤੇ ਚਾਰ ਟਮਾਟਰ ਨੇ ਤੇ ਅਦਰਕ ਤੇ 6 ਤੋਂ 7 ਸਬਜ਼ ਮਿਰਚਾਂ ਨੇ ਤੇ ਪਿਆ ਸਾਡਾ ਬਰੌਨ ਬਰੌਨ ਹੋ ਗਿਆ ਤੇ ਇਹਦੇ ਵਿੱਚ ਪਾਣੀ ਅਸੀਂ ਥੋੜਾ ਸਾਰਾ ਪਾ ਲਿਆ ਕਿ ਪਿਆ ਸਾਡਾ ਜ਼ਿਆਦਾ ਕਾਲਾ ਹੋ ਨਦੀ ਸਾਈਡ ਤੇ ਨਾ ਆਵੇ ਤੇ ਜਿਹੜਾ ਮਸਾਲਾ ਅਸੀਂ ਸਬਜ਼ ਕੋਲ ਗ੍ਰाइंड ਕਰਕੇ ਰੱਖਿਆ ਸੀ ਅਸੀਂ ਉਹ ਵੀ ਵਿੱਚ ਪਾ ਲੈਨੇ ਆ ਪਾ ਕੇ 4 ਤੋਂ 5 ਮਿੰਟ ਵਾਸਤੇ ਇਹਦੀ ਸਹੀ ਤਰ੍ਹਾਂ ਅਸੀਂ ਬਣਾਈ ਕਰਨੇ ਆ ਕਿ ਮਸਾਲਾ ਸਾਡਾ ਸਹੀ ਪੁੱਜ ਵੀ ਜਾਏ ਕਿ ਉਹ ਵੀ ਵੇਖ ਸਕਦੇ ਹੋ ਮਸਾਲੇ ਨੇ ਛੱਡ ਦਿੱਤਾ ਤੇ ਲਸਣ ਦੀ 스멜 ਵਗੈਰਾ ਜਿਹੜੀ ਉਹ ਵੀ ਖਤਮ ਹੋ ਜਾਵੇ ਤੇ ਜਿਹੜੇ ਚਨੇ ਆ ਸਾਉ ਬਾਲਕ ਰੱਖੇ ਸਨ ਅਸੀਂ ਚਨੇ ਜਿਹੜੇ ਨੇ ਜਿਹੜਾ ਵਿੱਚ ਥੋੜਾ ਸਾਰਾ ਪਾਣੀ ਹੈ ਉਹਦੇ ਸਨਹੀਂ ਅਸੀਂ ਵਿੱਚ ਪਾ ਦਿੰਨੇ ਆ ਪਾ ਕੇ 4 ਤੋਂ 5 ਮਿੰਟ ਬਾਅਦ ਅਸੀਂ ਇਹਨੂੰ ਪੁਣਾ ਦੇ ਤੇ ਡੇਢ ਚਮਚ ਜਿਹੜਾ ਅਸੀਂ ਨਮਕ ਦਾ ਪਾਵਾਂ ਦੇ ਇੱਕ ਚਮਚਾ ਸਾ ਚਨੇ ਉਹ ਬਾਲਣ ਲੱਗਿਆ ਵੀ ਪਾਏ ਆ ਅਸੀਂ ਤੇ ਥੋੜੀ ਸਾਰੀ ਅਸੀਂ ਹਲਦੀ ਪਾਵਾਂ ਦੇ ਤੇ ਥੋੜੀ ਸਾਰੀ ਅਸੀਂ ਪਾਵਾਂ ਦੇ ਲਾਲ ਮਰਚ ਤੇ ਗਰਮ ਮਸਾਲਾ ਤੇ ਸਾਬਤ ਜ਼ੀਰਾ ਜਿਹੜਾ ਅਸਾਂ ਫੇਰ ਦੁਬਾਰਾ ਪਾਇਆ ਪਾ ਕੇ ਤੇ ਅਸੀਂ ਇਹਨੂੰ ਮਿਕਸ ਕਰਨੇ ਆ ਤੇ ਜਨੇ ਮਾਸ਼ਾਅੱਲਾ ਵੇਖ ਸਕਦੇ ਹੋ ਸਾਡੇ ਭੁੱਜ ਗਏ ਨੇ ਤੇ ਸਾਡੇ ਕੋਲ ਦੋ ਕੌਲ ਜਿਹੜੇ ਨੇ ਚਾਵਲ ਨੇ ਤੇ ਤਿੰਨ ਕੌਲ ਜਿਹੜਾ ਅਸੀਂ ਪਾਣੀ ਪਾ ਲੈਨੇ ਆ ਤੇ ਪਾਣੀ ਨੂੰ ਚੰਗੀ ਤਰ੍ਹਾਂ ਅਸੀਂ ਬਾਲਾ ਜਿਹੜਾ ਆਉਂਦੇ ਨੇ ਆ ਪਾਣੀ ਨੂੰ ਬਾਲਾ ਆ ਗਿਆ ਤੇ ਚਾਵਲ ਜਿਹੜੇ ਨੇ 10 ਤੋਂ 15 ਮਿੰਟ ਹੋ ਗਏ ਸਨ ਅਸਾਂ ਪਹਿਲੂ ਭਗੋ ਕੇ ਰੱਖੇ ਸਨ ਅੰਦਰ ਅਸੀਂ ਵਿੱਚ ਪਾ ਦਿੰਨੇ ਆ ਪਾ ਕੇ ਇਹਨਾਂ ਨੂੰ ਮਿਕਸ ਕਰ ਲੈਨੇ ਆ ਮਿਕਸ ਕਰਕੇ ਤੇ ਇਹਨਾਂ ਦਾ ਨਮਕ ਜਿਹੜਾ ਅਸੀਂ ਚੈੱਕ ਕਰ ਲੈਨੇ ਆ ਨਮਕ ਮਾਸ਼ਾਅੱਲਾ ਸਾਡਾ ਪੂਰਾ ਤੇ ਚਾਵਲ ਜਿਹੜੇ ਨੇ ਮਾਸ਼ਾਅੱਲਾ ਸਾਡੇ ਪੱਕਦੇ ਨੇ ਪਾਣੀ ਜਿਹੜਾ ਖੁਸ਼ਕ ਹੋ ਗਿਆ ਚਾਵਲ ਸਾਡੇ ਦਾ ਹਾਸੇ ਤਿਆਰ ਨੇ ਤੇ ਇੱਕ ਦਮ ਅਸੀਂ ਇਹਨਾਂ ਨੂੰ ਮਿਕਸ ਕਰ ਲੈਨੇ ਆ ਚਾਵਲ ਨੂੰ 10 ਤੋਂ 15 ਮਿੰਟਾਂ ਵਾਂਗ ਜੇ ਸਾਹ ਧਮ ਲਾਇਆ ਸੀ ਤੇ ਬੜੇ ਸੋਹਣੇ ਮਾਸ਼ਾ ਅੱਲਾ ਖਿਲੇ ਖਿਲੇ ਚਾਵਲ ਜਿਹੜੇ ਨੇ ਸਾਡੇ ਬਣੇ ਨੇ ਅਸੀਂ ਉਤੋਂ ਹਮਾਲ ਵਗੈਰਾ ਦੇ ਨਾਲ ਜਿਹੜਾ ਇਹਦਾ ਟਕਨੇ ਅਸੀਂ ਨਹੀਂ ਬੰਦ ਕਰਦੇ ਜ਼ਰੂਰਤ ਹੀ ਨਹੀਂ ਪੈਂਦੀ ਉਂਝ ਜਿਹੜਾ ਘਟ ਚੁਲਾ ਕਰਕੇ ਧਮ ਲਾ ਦੇਵੋ ਤੇ ਚਾਵਲ ਜਿਹੜੇ ਨੇ ਬੜੇ ਸੋਹਣੇ ਖਿਲੇ ਖਿਲੇ ਮਾਸ਼ਾ ਅੱਲਾ ਆਸਾਂ ਚਲੇ ਆਲੇ ਬਣਾ ਲੈਨੇ ਤੇ ਮੁਹਰਮ ਮੁਲ ਹਰਾਮ ਚ ਤੁਸੀਂ ਵੀ ਖਤਮ ਦੁਆਓ ਨਿਆਜ਼ ਵਗੈਰਾ ਜਿਹੜੀ ਇਹ ਮੰਡੋ ਤੇ ਜੇ ਸਾਡੀ ਰੈਸਪੀ ਤੁਹਾਨੂੰ ਪਸੰਦ ਆਏ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਸਾਡੀ ਨੂੰ ਪੂਰੀ ਨੂੰ ਵੇਖੋ ਤੇ ਸਾਨੂੰ ਤੇ ਸਾਡੇ ਕੈਮਰਾਮੈਨ ਨੂੰ ਇਜਾਜ਼ਤ ਦਿਵੋ ਠੀਕ ਹੈ ਅਲਾ ਹਫਜ਼